ਧੰਨ ਵਾਹਿਗੁਰੂ ਜੀਓ। ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹਟ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾ। ਕਬੀਰ ਪਾਹਨ ਪਰਮੇਸੁਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ, ਬੁੱਢੇ ਕਾਲੀ ਧਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਬਖਸ਼ਿਸ਼ ਕਰਦਿਆਂ ਹੋਇਆ ਆਪਾਂ ਸਾਰਿਆਂ ਨੂੰ ਸਤ ਸੰਗਤ ਦਾ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸਲੋਕ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਇਸ ਮੁਬਾਰਕ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸਵਾਬ ਜੀ ਨੇ ਇਹਨਾਂ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ, ਜਿਨ੍ਹਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਤੋਂ ਪ੍ਰਾਰੰਭ ਕੀਤੀ ਸੀ। ਔਰ ਇਸ ਭਾਵ ਨੂੰ ਸਮਝਣ ਦਾ ਆਪਾਂ ਯਤਨ ਕੀਤਾ ਕਿ ਭਗਤ ਜੀ ਮਹਾਰਾਜ ਨੇ ਜਿਵੇਂ ਧਰਮ ਔਰ ਦੀਨ ਦੇ ਮਾਰਗ ਦੇ ਵਿੱਚ ਜਿਹੜੀਆਂ ਰੁਕਾਵਟਾਂ ਨੇ, ਉਹਨਾਂ ਤੋਂ ਸਾਨੂੰ ਸੁਚੇਤ ਕੀਤਾ ਹੈ ਕਿ ਇਹਨਾਂ ਰੁਕਾਵਟਾਂ ਨੂੰ ਲੰਘੇ ਬਿਨਾਂ ਤੁਸੀਂ ਆਪਣੀ ਮੰਜ਼ਿਲੇ ਮਕਸੂਦ ਪਰਮੇਸ਼ਰ ਤੱਕ, ਗੁਰਮੁਖਤਾਈ ਦੀ ਅਵਸਥਾ ਤੱਕ ਨਹੀਂ ਪਹੁੰਚ ਸਕਦੇ। ਪਰ ਇੱਕ ਚੀਜ਼ ਤੋਂ ਉਹਨਾਂ ਨੇ ਹੋਰ ਵੀ ਸਾਨੂੰ ਸੁਚੇਤ ਕੀਤਾ ਹੈ, ਜਿੱਥੇ ਲੋਕ ਲਾਜ ਹੈ, ਨੱਕ ਨਮੂਜ ਹੈ, ਆਸੇ ਪਾਸੇ ਦੇ ਕੁਸੰਗ ਦਾ, ਮਾੜੀ ਸੰਗਤ ਦਾ ਪ੍ਰਭਾਵ ਹੈ, ਅੰਦਰ ਦੀਆਂ ਵਾਸ਼ਨਾਵਾਂ ਬੰਦੇ ਨੂੰ ਰੋਕਦੀਆਂ ਨੇ, ਮਾਯੂਸ ਹੁੰਦਾ ਹੈ ਬੰਦਾ, ਉਤਸ਼ਾਹਹੀਣ ਹੁੰਦਾ ਹੈ, ਉੱਥੇ ਇੱਕ ਪਹਿਲੂ ਹੋਰ ਵੀ ਹੈ। ਉਹ ਹੈ ਕਿ ਬੰਦਾ ਕਈ ਵਾਰ ਰਸਤਾ ਅਜਿਹਾ ਚੁਣ ਲੈਂਦਾ, ਉਹਨੂੰ ਲੱਗਦਾ ਤਾਂ ਇਹ ਹੈ ਕਿ ਮੈਂ ਮੰਜ਼ਿਲ ਵੱਲ ਵੱਧ ਰਿਹਾ, ਪਰ ਦਰਅਸਲ ਉਹ ਕਿਸੇ ਹੋਰ ਹੀ ਪਾਸੇ ਨੂੰ, ਕਿਸੇ ਹੋਰ ਹੀ ਦਿਸ਼ਾ ਨੂੰ ਸਫ਼ਰ ਕਰੀ ਜਾਂਦਾ ਹੈ। ਉਹ ਆਪਣੀ ਜਾਚੇ 'ਤੇ ਕਮਾਈ ਕਰ ਰਿਹਾ ਕਿ ਮੈਂ ਧਰਮ ਕਮਾ ਰਿਹਾ ਹਾਂ, ਮੈਂ ਕੁਝ ਐਫਰਟ ਕਰ ਰਿਹਾ, ਮੈਂ ਕੁਝ ਕੋਸ਼ਿਸ਼ ਕਰ ਰਿਹਾ, ਪਰ ਉਹ ਸਾਰਾ ਕੁਝ ਕਰਨ ਦੇ ਪਰਦੇ ਹੇਠ ਉਹਦੀਆਂ ਨਾ ਤਾਂ ਵਾਸ਼ਨਾਵਾਂ ਮਿਟਦੀਆਂ ਨੇ, ਨਾ ਉਹ ਕਿਸੇ ਮੰਜ਼ਿਲ ਵੱਲ ਵੱਧ ਪਾਉਂਦਾ ਹੈ। ਸਫ਼ਰ ਉਹਦਾ ਹੁੰਦਾ ਹੈ, ਮਿਹਨਤ ਉਹ ਕਰਦਾ, ਇਸ ਵਿੱਚ ਕੋਈ ਸ਼ੱਕ ਨਹੀਂ।
ਉਮੀਦ ਵੀ ਲਾਈ ਰੱਖਦਾ ਪਰ ਉਹਦੇ ਅੰਤਰ ਆਤਮੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹੋ ਜਿਹੇ ਪ੍ਰੋਸੈਸ ਨੂੰ, ਇਹੋ ਜਿਹੇ ਸਫ਼ਰ ਨੂੰ ਆਪਾਂ ਕਰਮਕਾਂਡ ਕਹਿੰਦੇ ਹਾਂ। ਵਿਖਾਵੇ ਕਰਨੇ, ਪਖੰਡ ਕਰਨਾ, ਗਿਣਤੀ ਮਿਣਤੀ ਦੇ ਕਰਮ ਕਰਨੇ, ਵਿਖਾਵਾ ਨਾਮ ਹੀ ਕਰੇ, ਇੱਕ ਪ੍ਰਚਲਿਤ ਕਰਮਕਾਂਡ ਦੀ ਸਥਿਤੀ ਦੇ ਵਿੱਚ ਉਲਝ ਕੇ ਬੰਦਾ ਲਗਾਤਾਰ ਸਮਾਂ ਵੀ ਲਾਉਂਦਾ, ਐਨਰਜੀ ਵੀ ਲਾਉਂਦਾ, ਮਿਹਨਤ ਵੀ ਕਰਦਾ, ਪਰ ਉਹਦੇ ਨਾਲ ਇੱਕ ਦਾਇਰੇ ਵਿੱਚ ਬੱਝਾ ਰਹਿ ਜਾਂਦਾ, ਅੱਗੇ ਨਹੀਂ ਵੱਧ ਪਾਉਂਦਾ। ਇਸ ਸਿਚੁਏਸ਼ਨ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਬੜੀ ਬਿਹਤਰ ਢੰਗ ਨਾਲ ਸਧਾਰਨ ਉਦਾਹਰਣਾਂ ਦੇ ਕੇ ਕੀਤੀ ਹੈ। ਆਪਾਂ ਅੱਗੇ ਵੀ ਭਾਈ ਸਾਹਿਬ ਜੀ ਦਾ ਇੱਕ ਬਿਹਤ ਸਵਈਆ ਵਿਚਾਰਿਆ, ਉਹਨਾਂ ਨੇ ਤਿੰਨ ਉਦਾਹਰਣਾਂ ਦਿੱਤੀਆਂ ਨੇ। ਇੱਕ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਹਲੂ ਤੇਲ ਕੱਢਣ ਵਾਲੇ, ਅੱਜ ਕੱਲ੍ਹ ਇਲੈਕਟ੍ਰੋਨਿਕ ਮਸ਼ੀਨਾਂ ਨੇ, ਸਰੋਂ, ਸੂਰਜਮੁਖੀ, ਹੋਰ ਅਜਿਹੇ ਬੀਜ ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਤੇਲ ਨੇ ਤੇਲ ਨਿਕਲਦਾ ਹੈ। ਪੁਰਾਣੇ ਸਮੇਂ ਦੇ ਵਿੱਚ ਕੋਹਲੂ ਜਿਹੜਾ ਸੀ ਉਹ ਬਲਦ ਨਾਲ ਗਿੜਦਾ ਸੀ ਅਤੇ ਉਸ ਕੋਹਲੂ ਦੇ ਅੱਗੇ ਬੈਲ ਨੂੰ ਜੋੜ ਕੇ ਉਹਦੀਆਂ ਅੱਖਾਂ ਦੇ ਉੱਤੇ ਖੋਪੇ ਚੜ੍ਹਾ ਦਿੰਦਾ ਮਾਲਕ ਜਿਹੜਾ, ਅਤੇ ਉਹਨੂੰ ਉਹ ਲਗਾਤਾਰ ਤੋਰ ਦਿੰਦਾ। ਕਦੇ ਕਦੇ ਵਿੱਚੋਂ ਉਹ ਉੱਚੀ ਉੱਚੀ ਲਲਕਾਰਾ ਮਾਰਦਾ ਰਹਿੰਦਾ ਵੀ ਬੈਲ ਨੂੰ ਲੱਗੇ, ਬਲਦ ਨੂੰ ਲੱਗੇ ਵੀ ਉਹਦਾ ਮਾਲਕ ਉਹਦੇ ਪਿੱਛੇ ਹੀ ਸੋਟੀ ਲੈ ਕੇ ਤੁਰਿਆ ਆਉਂਦਾ। ਬਲਦ ਨੇ ਲਗਾਤਾਰ ਚੱਕਰ ਕੱਟੀ ਜਾਣਾ, ਜਿਵੇਂ ਹਰਟ ਗਿੜਦਾ, ਖੂਹ ਗਿੜਦੇ ਆਪਾਂ ਵੇਖੇ ਨੇ। ਹੁਣ ਘੰਟਿਆਂ ਬੱਧੀ ਬਲਦ ਨੇ ਖੂਹ ਨੂੰ ਗੇੜਨਾ, ਹਰਟ ਦੇ ਅੱਗੇ ਉਹਨੇ ਜੋੜੇ ਜਾਣਾ ਅਤੇ ਉਹਨੇ ਗੇੜੇ ਕੱਢੀ ਜਾਣੇ ਨੇ। ਅੱਖਾਂ ਦੇ ਉੱਤੇ ਖੋਪੇ ਚੜ੍ਹਾ ਦਿੱਤੇ ਜਾਂਦੇ ਸਨ ਵੀ ਬਲਦ ਨੂੰ ਦਿਸੇ ਨਾ ਵੀ ਉੱਥੇ ਹੀ ਘੁੰਮ ਰਿਹਾ, ਅਤੇ ਨਾ ਹੀ ਉਹਨੂੰ ਇਹ ਦਿਸੇ ਵੀ ਉਹਦਾ ਮਾਲਕ ਮਗਰ ਹੈ ਕਿ ਨਹੀਂ ਹੈ। ਜਦੋਂ ਉਹਨੂੰ ਲੱਗੇਗਾ ਮਗਰ ਕੋਈ ਹਿੱਕਣ ਵਾਲਾ ਨਹੀਂ ਤਾਂ ਉਹਨੇ ਖਲੋ ਜਾਣਾ। ਇਸ ਕਰਕੇ ਉਹਦੀ ਅੱਖ 'ਤੇ ਖੋਪੇ ਚਾੜ ਕੇ ਦੋ ਕੁ ਗੇੜੇ ਉਹਨਾਂ ਦੇ ਪਿੱਛੇ ਪਿੱਛੇ ਥੋੜ੍ਹਾ ਥੋੜ੍ਹਾ ਮਾਲਕ ਤੁਰਦਾ, ਫਿਰ ਪਾਸੇ ਹੋ ਕੇ ਬਹਿ ਜਾਂਦਾ, ਆਪਣਾ ਹੋਰ ਨਿੱਕਾ ਮੋਟਾ ਕੰਮ ਕਰਦਾ ਜਾਂ ਛਾਵੇਂ ਬਹਿ ਜਾਂਦਾ। ਵਿੱਚੋਂ ਵਿੱਚੋਂ ਜਦੋਂ ਉਹਨੂੰ ਲੱਗਦਾ ਵੀ ਬਲਦਾਂ ਦੀ ਚਾਲ ਧੀਮੀ ਹੋ ਗਈ ਹੈ, ਉਦੋਂ ਲਲਕਾਰਾ ਜਿਹਾ ਮਾਰ ਦਿੰਦਾ। ਬਲਦਾਂ ਨੂੰ ਲੱਗਦਾ ਵੀ ਸਾਡਾ ਮਾਲਕ ਉਸੇ ਤਰ੍ਹਾਂ ਹੀ ਸੋਟੀ ਲੈ ਕੇ ਸਾਡੇ ਪਿੱਛੇ ਤੁਰਿਆ ਆਉਂਦਾ। ਘੰਟਿਆਂ ਬੱਧੀ ਉਸ ਕੋਹਲੂ ਨੂੰ ਜਾਂ ਖੂਹ ਨੂੰ ਬਲਦ ਗੇੜਦੇ, ਜਦੋਂ ਮਾਲਕ ਦਾ ਕਾਰਜ ਪੂਰਾ ਹੋ ਜਾਂਦਾ ਜਾਂ ਉਹਨੂੰ ਲੱਗਦਾ ਵੀ ਹੁਣ ਥੱਕ ਗਏ ਹੋਣਗੇ, ਥੋੜ੍ਹਾ ਤਾਜ਼ਾ ਦਮ ਹੋ ਲੈਣ, ਤਾਂ ਉਹਨਾਂ ਦੀਆਂ ਅੱਖਾਂ ਤੋਂ ਖੋਪੇ ਲਾਉਂਦਾ। ਹੁਣ ਅੱਖਾਂ 'ਤੇ ਖੋਪੇ ਚੜ੍ਹੇ ਨੇ, ਅੱਖਾਂ ਬੰਦ ਨੇ। ਭਾਈ ਗੁਰਦਾਸ ਜੀ ਸੋਚਦੇ ਕਹਿੰਦੇ ਨੇ ਵੀ ਜੇ ਉਹ ਬਲਦ ਇਹ ਸੋਚਣ ਵੀ ਅਸੀਂ ਤਾਂ ਸਵੇਰ ਦੇ ਤੁਰੇ ਹਾਂ, ਹੁਣ ਨੂੰ ਤਾਂ ਅਸੀਂ ਬੜਾ ਪੈਂਡਾ ਤਹਿ ਕਰ ਲਿਆ ਅਤੇ ਬੜੀ ਦੂਰ ਆ ਗਏ ਹੋਵਾਂਗੇ, ਪਰ ਜਦੋਂ ਅੱਖਾਂ ਤੋਂ ਖੋਪੇ ਲੈਂਦੇ ਨੇ ਉਹ ਕੀ ਵੇਖਦੇ ਨੇ ਵੀ ਅਸੀਂ ਤਾਂ ਉੱਥੇ ਉੱਥੇ ਘੁੰਮ ਕੇ ਹੀ ਸਫ਼ਰ ਕੀਤਾ, ਪਹੁੰਚੇ ਤਾਂ ਕਿਤੇ ਨਹੀਂ, ਜਿੱਥੋਂ ਤੁਰੇ ਉੱਥੇ ਕੀ ਮੁੜ ਗਾਉਂਦੇ ਰਹੇ ਉੱਥੇ, ਕਿਉਂਕਿ ਚੱਕਰ ਕੱਟਦੇ ਰਹੇ ਨਾ ਉਨੀ ਕੁ ਜਗ੍ਹਾ ਦੇ ਵਿੱਚ ਹੀ। ਦੂਜੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਵੀ ਇੱਕ ਅੰਨਾ ਬੰਦਾ ਸਣ ਦੀ ਰੱਸੀ ਵੱਟ ਰਿਹਾ ਅਤੇ ਉਹ ਸਣ ਦੀ ਰੱਸੀ ਵੱਟੀ ਜਾ ਰਿਹਾ, ਪਰ ਜਿਹੜੀ ਪਿੱਛੇ ਵੱਟੀ ਗਈ ਰੱਸੀ ਹੈ ਨਾ, ਨਾਲ ਇੱਕ ਵੱਛਾ ਬੱਝਾ ਸੀ ਅਤੇ ਉਹਨੂੰ ਚਿੱਥੀ ਜਾਵੇ ਨਾਲ ਨਾਲ। ਹੁਣ ਇੰਨੀ ਮਿਹਨਤ ਨਾਲ ਉਸ
ਮਨੁੱਖ ਨੇ ਰੱਸੀ ਨੂੰ ਵੱਟਿਆ, ਪਰ ਉਹਨੂੰ ਇਹ ਨਹੀਂ ਸੀ ਖਬਰ ਵੀ ਜਿੰਨੀ ਕੁ ਮੈਂ ਵੱਟੀ ਹੈ ਉਹ ਸਾਰੀ ਦੀ ਸਾਰੀ ਤਾਂ ਵੱਛਾ ਚਿੱਥ ਚਿੱਥ ਕੇ ਉਹਦਾ ਨਾਸ ਮਾਰੀ ਜਾਂਦਾ, ਖਰਾਬ ਕਰੀ ਜਾਂਦਾ। ਆਪਣੀ ਜਾਚੀ ਉਸਨੇ ਕਾਫੀ ਲੰਮੀ ਰੱਸੀ ਵੱਟ ਲਈ, ਪਰ ਜਦੋਂ ਉਹਨੇ ਇਕੱਠੀ ਕਰਨ ਦਾ ਆਹਰ ਕੀਤਾ ਤਾਂ ਉਹਨੇ ਵੇਖਿਆ ਵੀ ਇਹ ਤਾਂ ਸਾਰੀ ਖੇਡ ਖਰਾਬ ਕਰ ਦਿੱਤੀ, ਵੱਛਾ ਉਹਨੂੰ ਚਿੱਥ ਗਿਆ, ਖਾ ਗਿਆ, ਅਤੇ ਚਿੱਥ ਚਿੱਥ ਕੇ ਉਹਨੇ ਸਾਰੀ ਦੀ ਸਾਰੀ ਬਰਬਾਦ ਕਰ ਦਿੱਤੀ ਹੈ। ਤੀਜੀ ਉਦਾਹਰਣ ਭਾਈ ਸਾਹਿਬ ਜੀ ਨੇ ਦਿੱਤੀ, ਉਹ ਕਹਿੰਦੇ ਨੇ ਮ੍ਰਿਗ, ਇੱਕ ਹਿਰਨ ਜਿਹੜਾ ਹੈ, ਮ੍ਰਿਗ ਜਿਹੜਾ ਹੈ, ਉਹ ਮਾਰੂਥਲ ਵਿੱਚ ਭੱਜ ਰਿਹਾ ਪਾਣੀ ਦੀ ਤਲਾਸ਼ 'ਚ, ਦੌੜਿਆ ਜਾਂਦਾ ਹੈ, ਦੌੜਿਆ ਜਾਂਦਾ, ਉਹਨੂੰ ਲੱਗਦਾ ਇੱਥੇ ਪਾਣੀ ਹੈ, ਇੱਥੇ ਪਾਣੀ, ਇੱਥੇ ਪਾਣੀ, ਹੁਣ ਵੀ ਮੈਂ ਪਾਣੀ ਕੋਲ ਪਹੁੰਚਿਆ, ਹੁਣ ਵੀ ਪਹੁੰਚਿਆ, ਪਰ ਪਹੁੰਚਦਾ ਨਹੀਂ, ਦਮ ਟੁੱਟਦਾ, ਡਿੱਗਦਾ, ਮਰ ਜਾਂਦਾ। ਪਾਣੀ ਉੱਥੇ ਆਈ ਨਹੀਂ ਸੀ, ਅੱਖਾਂ ਦਾ ਚੌਲਾ ਸੀ, ਸੂਰਜ ਦੀ ਰੋਸ਼ਨੀ ਦੇ ਨਾਲ ਰੇਤ ਦੇ ਕਣ ਟਿੱਬਿਆਂ ਦੇ ਉੱਤੇ ਲਿਸ਼ਕਦੇ ਸਨ, ਅਤੇ ਉਹਨੂੰ ਲੱਗਦਾ ਵੀ ਪਾਣੀ ਵਗਦਾ, ਭੁਲੇਖੇ ਵਿੱਚ ਉਹ ਦੌੜਦਾ ਰਿਹਾ। ਬਹੁਤ ਲੰਬੀ ਰੱਸੀ ਵੱਟ ਲਈ ਹੈ ਭੁਲੇਖੇ ਵਿੱਚ, ਅੱਖਾਂ ਤੋਂ ਜਿਹਨੂੰ ਨਹੀਂ ਦੀਦਾ ਉਹ ਰੱਸੀ ਵੱਟਦਾ ਰਿਹਾ, ਪਰ ਮਗਰ ਖਰਾਬ ਕਿੰਨਾ ਹੋ ਰਿਹਾ ਇਹ ਨਹੀਂ ਖਿਆਲ ਕੀਤਾ। ਬਲਦ ਇਹ ਭੁਲੇਖਾ ਪਾਲ ਕੇ ਤੁਰੇ ਹੋਏ ਨੇ ਵੀ ਅਸੀਂ ਦੂਰ ਆ ਗਏ ਹਾਂ, ਜਦੋਂ ਕਿ ਸੱਚ ਹੈ ਵੀ ਉੱਥੇ ਘੁੰਮ ਰਹੇ। ਤਿੰਨ ਉਦਾਹਰਣਾਂ ਭਾਈ ਸਾਹਿਬ ਨੇ ਦਿੱਤੀਆਂ ਨੇ ਅਤੇ ਸਾਰੰਸ਼ ਅੱਗੇ ਦਿੱਤਾ ਹੈ। ਪਹਿਲੀ ਉਦਾਹਰਣ ਦਾ ਉਹਨਾਂ ਨੇ ਕਾਵਿ ਰੂਪ ਇਉਂ ਲਿਖਿਆ, ਉਹ ਕਹਿੰਦੇ ਨੇ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਨੈਨ ਉਗਰਤ ਵਹੀ ਠਾਉ ਹੀ ਟਿਕਾਨੋ ਹੈ, ਜੈਸੇ ਜੇਵਰੀ ਬਟਤ ਅੰਦਰੋ ਅਚਿੰਤ ਚਿੰਤ, ਦੇਖ ਜਾਤ ਬਸ਼ਰੋ ਟਟੋਰੇ ਪਸ਼ੁਤਾਨੋ ਹੈ। ਤੀਜੇ ਬਚਨ ਵਿੱਚ ਕਿਹਾ, ਜੈਸੇ ਮ੍ਰਿਗ ਤ੍ਰਿਸ਼ਲਾ ਲਉ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹੈਰਾਨੋ ਹੈ, ਅਤੇ ਸਾਰੰਸ਼ ਇਹ ਦਿੱਤਾ ਹੈ, ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ ਹੈ। ਕਹਿੰਦੇ ਇਸੇ ਤਰ੍ਹਾਂ ਮੇਰੀ ਵੀ ਬੀਤ ਗਈ, ਇੱਕ ਖਿਆਲੀ ਪਲਾਵ ਮੈਂ ਬਣਾਇਆ ਆਪਣੇ ਆਪ ਨੂੰ, ਐਵੇਂ ਧਰਵਾਸ ਦਿੰਦਾ, ਹੁਣ ਮੈਂ ਇੰਨਾ ਕਮਾ ਲਿਆ, ਹੁਣ ਮੈਂ ਇੰਨੀ ਕਮਾਈ ਕਰ ਲਈ, ਹੁਣ ਮੈਂ ਇੰਨੀ ਕਮਾਈ ਕਰ ਲਈ, ਮੈਂ ਤਾਂ ਇੰਨੀ ਗਿਣਤੀ 'ਚ ਕੰਮ ਕਰ ਲਿਆ, ਇੰਨੇ ਦਾਨ ਕਰ ਲਿਆ, ਇੰਨੇ ਪੁੰਨ ਕਰ ਲਏ। ਆਪਣੇ ਖਿਆਲਾਂ ਵਿੱਚ ਬੰਦਾ ਆਪਣੇ ਆਪ ਨੂੰ ਪਰਫੈਕਟ ਹੀ ਮੰਨਦਾ ਹੈ, ਮੈਂ ਇੰਨਾ ਕਮਾ ਲਿਆ, ਇੰਨਾ ਜੀ ਲਿਆ, ਇੰਨਾ ਹੰਢਾ ਲਿਆ, ਇੰਨਾ ਕੁਝ ਹਾਸਲ ਕਰ ਲਿਆ, ਮੇਰੀ ਇੰਨੀ ਕਮਾਈ, ਮੇਰਾ ਇੰਨਾ ਐਫਰਟ। ਭਾਈ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਝੂਠੇ ਧਰਵਾਸ ਦੇਣ, ਆਪਣੇ ਆਪ ਨੂੰ ਹੀ ਧੋਖੇ ਵਿੱਚ ਰੱਖਣਾ ਵੀ ਮੈਂ ਇੰਨਾ ਕਰਮ ਕਾਂਡ ਕਰ, ਇਹ ਨਹੀਂ ਵੇਖਿਆ ਵੀ ਮੈਂ ਕਿਤੇ ਪਹੁੰਚਿਆ ਤਾਂ ਹੈ ਹੀ, ਮੇਰੀ ਅੰਦਰੋਂ ਅਵਸਥਾ ਤਾਂ ਉਹੀ ਹੈ ਜਿਹੜੀ ਅੱਜ ਤੋਂ ਪਹਿਲਾਂ ਸੀ, ਉੱਥੇ ਹੀ ਮੱਖੜਾ, ਉਹਨੂੰ ਤਾਂ ਫਰਕ ਪੈਣਾ ਚਾਹੀਦਾ ਸੀ ਨਾ। ਪਰ ਉਹਨੇ ਕਰਮਾਂ ਦੀ ਗਿਣਤੀ ਨੂੰ ਹੀ ਤਬਦੀਲੀ ਸਮਝਿਆ, ਅਸਲ ਤਬਦੀਲੀ ਵੱਲ ਉਹਨੇ ਧਿਆਨ ਨਹੀਂ ਦਿੱਤਾ ਵੀ ਹੋਈ ਹੈ ਕਿ ਨਹੀਂ ਹੋਈ, ਅੰਦਰ ਦੀ ਕੋਈ ਖੜੋਤ ਟੁੱਟੀ ਹੈ ਕਿ ਨਹੀਂ ਟੁੱਟੀ। ਕਹਿੰਦੇ ਪਹੁੰਚ ਨਾ ਸਕਿਓ ਤਾਂ ਜਹਾਂ ਮੋਏ ਜਾਣੋ, ਉੱਥੇ ਨਹੀਂ ਪਹੁੰਚ ਸਕਿਆ ਜਿੱਥੇ ਜਾਣ ਲਈ ਤੁਰਿਆ ਸੀ, ਜਿਸ ਪਰਪਜ਼ ਲਈ ਕਰਮ ਕਰਨੇ ਆਰੰਭ ਕੀਤੇ ਉਹ ਮਕਸਦ ਤਾਂ ਪੂਰਾ ਹੀ ਨਹੀਂ ਹੋਇਆ। ਕਰਮਾਂ ਦੀ ਗਿਣਤੀ ਕਰਦਿਆਂ ਹੁਣ ਇਹ ਹਾਂ ਜ਼ਰੂਰ ਵੱਧ ਗਈ ਵੀ ਮੈਂ ਇੰਨੇ ਕੰਮ ਕਰ ਲਏ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਹਜ਼ੂਰ ਕਹਿੰਦੇ ਪੰਚ ਜਣਾ ਸੋ ਸੰਗ ਨਾ ਛੁਟਕਿਓ, ਅਧਿਕ ਹੂੰ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕਾ ਦੁਆਰਾ ਦੀਜੇ ਬੁੱਧ ਵਿਵੇਕ, ਮੋਨ ਭਇਓ ਕਿਰਪਾਤੀ ਰਹਿਓ
ਨਗਨ ਫਿਰਿਓ ਬਨ ਮਾਈ, ਤਟ ਤੀਰਥ ਸਭ ਧਰਤੀ ਭਰਮਿਓ ਦੁਬਧਾ ਛੁਟਕੇ ਨਾਹੀ। ਸਾਰੀ ਅਸ਼ਟਪਦੀ ਵਿੱਚ ਮਹਾਰਾਜ ਨੇ ਬਹੁਤ ਸਾਰੇ ਕਰਮਾਂ ਦਾ ਜ਼ਿਕਰ ਕੀਤਾ ਅਤੇ ਮੇਨ ਥੀਮ ਕੀ ਰੱਖੀ ਪਿਆਰੇ, ਇਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਨੇਕਾ। ਥੀਮ ਇਹ ਰੱਖੀ ਹੈ ਵੀ ਇਹਨਾਂ ਕਰਮਾਂ ਦੇ ਨਾਲ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧ ਕਹੁੰਬ, ਸਗੋਂ ਸਮੱਸਿਆ ਉਲਝ ਗਈ ਹੈ ਸੁਲਝਣ ਦੀ ਬਜਾਏ ਹੋਰ ਉਲਝ ਗਈ ਹੈ। ਕਬੀਰ ਜੀ ਮਹਾਰਾਜ ਨੇ ਇਸ ਰੁਕਾਵਟ ਦਾ ਵੀ ਇਹਨਾਂ ਤਿੰਨਾਂ ਸਲੋਕਾਂ ਜ਼ਿਕਰ ਕੀਤਾ। ਫੁਰਮਾ ਰਹੇ ਨੇ, ਕਹਿੰਦੇ ਨੇ ਠਾਕੁਰ ਪੂਜਾ ਮੋੜ ਲਏ ਦੁਨੀਆਂ ਦੇ ਅੰਦਰ ਭਗਵਾਨ ਨੂੰ ਸਰਗੁਣ ਰੂਪ ਵਿੱਚ ਵੇਖਣ ਦੀ ਪ੍ਰਕਿਰਿਆ ਨੇ, ਉਹਦੇ ਵੱਖ ਵੱਖ ਰੂਪ ਮਿਥ ਲਏ ਅਤੇ ਉਹਨਾਂ ਦੀਆਂ ਮੂਰਤਾਂ ਬੁੱਤ ਤਿਆਰ ਕਰ ਲਏ। ਮਨ ਪਾਉਂਦਾ ਇਸ਼ਟ ਅਤੇ ਮਨ ਪਾਉਂਦੇ ਹੀ ਉਹਦੇ ਬੁੱਤ, ਮਨ ਪਾਉਂਦੇ ਆਕਾਰ ਦੇ, ਮਨ ਪਾਉਂਦੀ ਕੀਮਤ ਦੇ, ਮਨ ਪਾਉਂਦੀ ਧਾਤੂ ਦੇ ਮਿਲ ਜਾਂਦੇ ਨੇ। ਮੁੱਲ ਲੈ ਆਉਂਦਾ ਬਾਜ਼ਾਰ ਦੇ ਵਿੱਚੋਂ, ਉਹਨੂੰ ਘਰ 'ਚ ਲਿਆ ਕੇ ਸਜਾ ਲਿਆ, ਦਸੀ ਪ੍ਰਕਿਰਿਆ ਮੁਤਾਬਕ ਰੋਜ਼ ਉਹਦੀ ਪੂਜਾ ਆਰੰਭ ਕਰ ਲਈ। ਹੁਣ ਉਹਨਾਂ ਕੁ ਸਮਾਂ ਉਸ ਲਿਆ, ਪਹਿਲਾਂ ਤਾਂ ਭਗਵਾਨ ਜਦੋਂ ਖਰੀਦਿਆ ਤਾਂ ਇਹ ਸੋਚਿਆ ਵੀ ਮੈਂ ਤਾਂ ਬਹੁਤ ਵੱਡਾ ਐਫਰਟ ਕਰ ਲਿਆ, ਮੈਂ ਤਾਂ ਭਗਵਾਨ ਆਪਣੇ ਘਰ ਲੈ ਆਇਆ, ਹੁਣ ਮੇਰੇ ਘਰ 'ਚ ਭਗਵਾਨ ਰਹਿੰਦਾ। ਫਿਰ ਇੱਕ ਪੁਜਾਰੀ ਦੀ ਦੱਸੀ ਉਨੀ ਕੁ ਪ੍ਰਕਿਰਿਆ ਦੇ ਨਾਲ, ਉਨੀਆਂ ਕੁ ਚੀਜ਼ਾਂ ਨਾਲ ਉਹਦੀ ਪੂਜਾ ਅਰਚਨਾ ਧੂਪ ਬੱਤੀ ਕਰ ਛੱਡੀ। ਇਹ ਸੋਚਿਆ ਵੀ ਮੈਂ ਤਾਂ ਰੋਜ਼ ਰੱਬ ਨੂੰ ਮੰਨਦਾ ਅਤੇ ਰੋਜ਼ ਰੱਬ ਦੇ ਮੱਥੇ ਲੱਗਦਾ, ਇਹ ਕਿਤੇ ਥੋੜ੍ਹਾ ਮੈਨੂੰ ਭੁੱਲਿਆ ਥੋੜ੍ਹੀ ਆ। ਬਾਕੀ ਜ਼ਿੰਦਗੀ ਦਾ ਸਿਲਸਿਲਾ ਉਵੇਂ ਹੀ ਚੱਲੀ ਜਾ ਰਿਹਾ, ਬੰਦਾ ਮਿਥਿਆ ਹੋਇਆ ਇੱਕ ਥਾਂ ਅਤੇ ਮਿਥੀ ਹੋਈ ਇੱਕ ਪ੍ਰਕਿਰਿਆ ਜੀ ਪੂਰੀ ਕਰਦਾ ਰਹਿੰਦਾ, ਉਸ ਤਰ੍ਹਾਂ ਦਾ ਹੀ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਉਹਨੇ ਉਸ ਸਮੇਂ 'ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਥੋੜ੍ਹਾ ਪੈਸਾ ਖਰਚ ਕੀਤਾ, ਥੋੜ੍ਹੀ ਜਗ੍ਹਾ ਰੱਖੀ ਹੈ, ਭਗਵਾਨ ਨੂੰ ਸਥਾਪਿਤ ਕਰ ਲਿਆ, ਭਗਵਾਨ ਦੇ ਨਾਂ 'ਤੇ ਮੂਰਤੀ ਸਥਾਪਿਤ ਕਰ ਲਈ ਹੈ, ਅਤੇ ਥੋੜ੍ਹੀ ਜਿਹੀ ਸਮੱਗਰੀ ਦੇ ਨਾਲ, ਥੋੜ੍ਹੇ ਜਿਹੇ ਹੋਰ ਤਰੀਕੇ ਦੇ ਨਾਲ ਉਹਦੀ ਪੂਜਾ ਕਰ ਲਈ, ਧੂਫ ਬੱਤੀ ਕਰ ਲਈ, ਜੋਤ ਜਗਾ ਲਈ, ਭੋਗ ਲਵਾ ਲਏ, ਸਾਰਾ ਕੁਝ ਜੋ ਕੁਝ ਵੀ ਚੱਲਦਾ ਹੈ। ਹੁਣ ਇੰਨਾ ਕੁਝ ਕਰਕੇ ਉਹਦੇ ਮਨ 'ਚ ਆ ਵੀ ਮੈਂ ਤਾਂ ਧਾਰਮਿਕ ਹਾਂ, ਧਰਮ ਨੂੰ ਮੰਨਣ ਵਾਲਾ ਬੰਦਾ, ਪਰ ਅਸਲ ਉਲਝਣ ਇਦੋਂ ਅੱਗੇ ਇੱਕ ਹੋਰ ਹੈ। ਇਹ ਸਾਰੇ ਕਰਮ ਦੇ ਨਾਲ ਜਦੋਂ ਉਹਨੂੰ ਕੋਈ ਕਹਿੰਦਾ ਨਾ ਵੀ ਤੇਰੇ ਅੰਦਰ ਤੂੰ ਆਹ ਗਲਤ ਕੰਮ ਕਰਦਾ, ਵੀ ਤੇਰੇ ਅੰਦਰ ਧਰਮ ਨਹੀਂ ਹੈ, ਉਹ ਕਹਿੰਦਾ ਤੂੰ ਮੇਰੇ ਨਾਲੋਂ ਜ਼ਿਆਦਾ ਵੱਡਾ ਧਰਮੀ। ਧਰਮ ਗ੍ਰੰਥ ਦੇ ਸਲੋਕ ਮੈਂ ਰੋਜ਼ ਪੜ੍ਹਦਾ, ਪੂਜਾ ਮੈਂ ਰੋਜ਼ ਕਰਦਾ, ਭਗਵਾਨ ਮੈਂ ਘਰੇ ਰੱਖਿਆ, ਤੂੰ ਮੈਨੂੰ ਦੱਸੇਗਾ ਧਰਮ ਕੀ ਹੁੰਦਾ। ਜਾਨੀ ਇੱਕ ਦਰਵਾਜ਼ਾ ਉਹਨੇ ਬੰਦ ਕਰ ਲਿਆ ਵੀ ਕੋਈ ਤੁਹਾਨੂੰ ਧਰਮ ਬਾਰੇ ਸਹੀ ਪਹੁੰਚ ਦੀ ਗੱਲ ਕਰੇ ਤਾਂ ਤੁਸੀਂ ਉਹ ਸੁਣਨੀ ਨਹੀਂ, ਤੁਸੀਂ ਆਪਣੇ ਆਪ ਨੂੰ ਇੱਕ ਸ਼ੀਲਡ ਥੱਲੇ, ਇੱਕ ਢਾਲ ਥੱਲੇ ਲੁਕੋ ਲਿਆ ਵੀ ਮੈਂ ਤਾਂ ਆਲਰੇਡੀ ਧਰਮੀ ਹਾਂ, ਮੈਨੂੰ ਕਿਸੇ ਦੀ ਸੁਣਨ ਅਤੇ ਸਮਝਣ ਦੀ ਲੋੜ ਕੀ ਹੈ। ਇਸ ਕਰਕੇ ਜਿਹੜੀ ਕਿਤਿਓਂ ਚੰਗੀ ਨੇਕ ਸਲਾਹ ਆਉਣੀ ਹੈ ਨਾ, ਉਹਦੇ ਆਉਣ ਦਾ, ਉਹਦੇ ਆਗਮਨ ਦਾ ਰਾਹ ਪੱਕਾ ਰੁਕ ਗਿਆ, ਬੈਰੀਗੇਟਿੰਗ ਕਰ ਲਿਆ, ਆਪਣੇ ਆਪ ਨੂੰ ਨੇ ਪਰਫੈਕਟ ਮੰਨ ਲਿਆ ਵੀ ਧਰਮ ਦੇ ਵਿਸ਼ੇ ਮੈਨੂੰ ਅਕਲ ਨਾ ਦਿਓ, ਇਹ ਨਾ ਦੱਸੋ ਮੈਂ ਅੰਦਰੋਂ ਉਲਝਿਆ ਹਾਂ, ਖੜੋਤਾ ਹਾਂ, ਮੇਰੀ ਆਤਮਾ ਨੇ ਕੋਈ ਸਫ਼ਰ ਨਹੀਂ ਕੀਤਾ, ਮਨ ਨੇ ਸਫ਼ਰ ਨਹੀਂ ਕੀਤਾ, ਬਸ
ਮੈਂ ਜੋ ਕਰ ਰਿਹਾ ਇਹੋ ਹੀ ਧਰਮ ਹੈ। ਇਹਦੋਂ ਅੱਗੇ ਉਲਟਾ ਉਹਦੇ ਅੰਦਰ ਜਿਉਂ ਜਿਉਂ ਕਰਮ ਦੀ ਗਿਣਤੀ ਵੱਧਦੀ ਜਾਂਦੀ ਉਹਦੀ ਈਗੋ ਹੋਰ ਮਜ਼ਬੂਤ ਹੁੰਦੀ ਜਾਂਦੀ। ਅਧਿਕ ਅਹਿਮ ਬੁੱਧ ਬੰਧ ਹੈ, ਮੈਂ ਤਾਂ ਇੰਨੇ ਸਾਲਾਂ ਤੋਂ ਲੱਗਾਂ, ਮੈਂ ਤਾਂ ਇੰਨਾ ਮੰਨਦਾ, ਲੋਕ ਤਾਂ ਇੰਨਾ ਵੀ ਨਹੀਂ ਮੰਨਦੇ। ਇਹ ਤਾਂ ਜੇ ਕੱਲ੍ਹ ਰੱਬ ਰੱਬ ਕਰਨ ਲੱਗਿਆ, ਮੈਨੂੰ ਤਾਂ 20 ਸਾਲ ਹੋ ਗਏ। ਇਹ ਇੱਕ ਨਵੀਂ ਸਮੱਸਿਆ ਕਿ ਉਹਨੇ ਇੰਨਾ ਸਮਾਂ ਇੰਨਾ ਯਤਨ ਕਾਊਂਟ ਕਰਕੇ ਉਹ ਚੀਜ਼ ਨੂੰ ਆਪਣੀ ਈਗੋ ਬਣਾ ਲਿਆ ਅਤੇ ਉਹ ਸਾਰੀ ਖੁਰਾਕ ਉਹਦੀ ਹੋਣ ਨੂੰ ਮਿਲਦੀ ਰਹੀ। ਇਹ ਦੋ ਸਮੱਸਿਆਵਾਂ ਦੇ ਵਿੱਚ ਉਹ ਸਦਾ ਹੀ ਘਿਰਿਆ ਰਹਿੰਦਾ, ਔਰ ਅਸੀਂ ਸਾਰੇ ਕਰਮਕਾਂਡੀ ਘਿਰੇ ਹੋਏ ਹਾਂ ਇਹਨਾਂ ਸਮੱਸਿਆਵਾਂ 'ਚ। ਫਿਰ ਹਜ਼ੂਰ ਕਹਿੰਦੇ ਨੇ ਕਬੀਰ ਠਾਕੁਰ ਪੂਜੈ ਮੋੜ ਲੈ ਮਨ ਹਟ ਤੀਰਥ ਜਾਏ। ਫਿਰ ਉਹ ਮਨ ਹਠ ਕਰਦਾ, ਮਨ ਹਠ ਦਾ ਮਤਲਬ ਹੁੰਦਾ ਦੇਈ ਨੂੰ ਖਪਾਉਣਾ। ਮਨ 'ਚ ਹੱਠ ਪਾਲ ਕੇ ਸਰੀਰ ਨੂੰ ਕੋਈ ਜਾਣਾ, ਸਰੀਰ 'ਤੇ ਹੀ ਸਾਰਾ ਕੁਝ ਸਾਂਭੀ ਜਾਣਾ, ਪਹਿਰਾਵਾ ਦੇਈ 'ਤੇ, ਕਰਮਕਾਂਡ ਦੇਈ 'ਤੇ, ਦੁੱਖ ਸਹਿਣੇ ਦੇਈ ਨੇ, ਜੋ ਕੁਝ ਵੀ ਕਰਨਾ ਦੇਈ ਨਾਲ, ਮਨ ਦੀ ਇਨਵੋਲਵਮੈਂਟ ਹੀ ਹੈ ਨਹੀਂ। ਸਫ਼ਰ ਸੁਰਤ ਦਾ ਸੀ, ਉਹ ਗਏ ਹਾਜ਼ਰ ਹੈ, ਸਫ਼ਰ ਮਨ ਦਾ ਸੀ ਉਹ ਐਬਸੈਂਟ ਹੈ, ਦੇਹੀ ਦੇਹੀ ਬਸ ਸਾਰਾ ਕੁਝ ਦੇਈ 'ਤੇ ਸਜਾਇਆ ਹੋਇਆ, ਬਸ ਦੇਈ ਨੂੰ ਹੀ ਉਹ ਸਾਰਾ ਕੁਝ ਬਣਾਉਂਦਾ। ਦੇਈ ਹੀ ਮੰਤਰ ਪੜ੍ਹਦੀ ਹੈ, ਦੇਈ ਪੂਜਾ ਕਰਦੀ ਹੈ, ਦੇਈ ਵਿਕਾਰ ਭੋਗਦੀ, ਸਾਰਾ ਕੁਝ ਜਾਨੀ ਇਸ ਦੇਈ ਤਾਂ ਕੀ ਉਹ ਸੀਮਤ ਹੈ ਵੀ ਇਹਨੂੰ ਰੰਗ ਲਿਆ ਜਿਹੜੇ ਰੰਗ 'ਚ ਮੈਂ ਧਰਮੀ ਹੋ ਗਿਆ। ਮਨ ਦੀ ਕੀ ਗੱਲ ਕਰਦੇ ਹੋ, ਮਨ ਜਿਹੋ ਜਿਹਾ ਮਰਜ਼ੀ ਹੋਵੇ ਖਾਂ, ਪਰ ਉਹ ਭੁੱਲ ਜਾਂਦਾ ਹੈ ਕਿ ਅਸਲ ਕਰੈਕਟਰ ਤਾਂ ਮਨ ਨੇ ਬਿਲਡ ਕਰਨਾ ਅਤੇ ਅਸਲ ਕਿਰਦਾਰ ਹੀ ਮਨ ਦਾ ਹੈ। ਦੇਈ ਤਾਂ ਕਿਸੇ ਦੀ ਖੁਸ਼ੀ 'ਚ ਜਾਈਏ ਅਤੇ ਐਵੇਂ ਹੀ ਹੱਸਣ ਵਾਲਾ ਮੂੰਹ ਬਣਾ ਲਈਦਾ ਹੈ, ਦੇਈ ਦਾ ਕੀ ਹੈ? ਮੈਨੂੰ ਤਾਂ ਇੰਪ੍ਰੈਸ਼ਨ ਦੇਣਾ, ਜਿਹੋ ਜਿਹਾ ਮਰਜ਼ੀ ਪੈਦਾ ਕਰ ਲਓ। ਇਹਨੂੰ ਮਨ ਹਟ ਕਹਿੰਦੇ। ਫਿਰ ਤੀਰਥ ਜਾਏ, ਤੀਰਥਾਂ 'ਤੇ ਜਾਂਦੇ ਨੇ, ਉੱਥੇ ਕੀ ਜਾ ਕਰਦੇ ਨੇ? ਮੱਥਾ ਟੇਕਦੇ ਨੇ, ਦਾਨ ਦਕਸ਼ਣਾ ਦਿੰਦੇ ਨੇ, ਦੇਈ ਧੋ ਲਿਆਉਂਦੇ ਨੇ ਤੀਰਥ ਉੱਤੇ, ਸਮਝਦੇ ਪਾਪ ਉਤਰ ਗਏ, ਪੁੰਨ ਕਮਾ ਲਿਆ। ਪਾਪੀ ਅਤੇ ਮਾਂ ਨੇ ਧੋਤੀ ਦੇਈ ਹੈ, ਕਿਵੇਂ ਉਤਰ ਗਏ? ਜਿਸ ਧਰਤੀ 'ਤੇ ਇੰਨੇ ਤੀਰਥ ਹੋਣ, ਉੱਥੇ ਤਾਂ ਨਾ ਪਾਪ, ਨਾ ਚੋਰੀ, ਨਾ ਠੱਗੀ, ਨਾ ਕਤਲ, ਨਾ ਕੋਈ ਬੁਰਾ ਕੰਮ ਹੋਣਾ ਹੀ ਨਹੀਂ ਸੀ ਚਾਹੀਦਾ, ਪਰ ਦੁਨੀਆ ਫਿਰ ਵੀ ਉੱਥੇ ਸਭ ਤੋਂ ਵੱਧ ਪਾਪਾਂ 'ਚ ਰੰਗੀ ਰਹਿੰਦੀ ਹੈ। ਤੀਰਥਾਂ 'ਤੇ ਹੀ ਜੇਬ ਕਤਰੇ ਵੀ ਹੁੰਦੇ ਨੇ, ਉੱਥੇ ਅਗਲੇ ਅਨਾਊਂਸਮੈਂਟਾਂ ਕਰਦੇ ਭਾਈ ਜੇਬ ਬਚਾ ਕੇ, ਵੀ ਇੱਥੇ ਤਾਂ ਆ ਕੇ ਬੰਦੇ ਨੂੰ ਪਵਿੱਤਰ ਹੋ ਜਾਣਾ, ਤੁਸੀਂ ਆਪੇ ਹੀ ਤਾਂ ਕਹਿੰਦੇ ਜਿਹੜਾ ਆਉਂਦਾ ਉਹਦੇ ਪਾਪ ਉੱਤਰ ਜਾਂਦੇ, ਜੇਬ ਕਤਰੇ ਕਿਉਂ ਨਹੀਂ ਬਚਿਆ ਜਾਂਦਾ ਕਿ ਰਹਿੰਦੇ ਹੀ ਇੱਥੇ ਨੇ, ਇਹਨਾਂ ਨੂੰ ਪਤਾ ਇੱਥੇ ਭੀੜ ਆਉਣੀ ਹੈ, ਜੇਬਾਂ ਇੱਥੇ ਹੀ ਕੱਟਣ ਨੂੰ ਮਿਲਣਗੀਆਂ, ਜੁੱਤੀਆਂ ਵੀ ਉੱਥੋਂ ਹੀ ਚੁੱਕੀਆਂ ਜਾਂਦੀਆਂ ਨੇ, ਬਾਲ ਵੀ ਉੱਥੋਂ ਚੋਰੀ ਹੋ ਜਾਂਦੇ ਨੇ, ਸਮਾਨ ਲੁੱਟਿਆ ਜਾਂਦਾ। ਇਵੇਂ ਜੇ ਕੋਈ ਕਿਸੇ ਥਾਂ 'ਤੇ ਜਗ੍ਹਾ ਬਦਲ ਕੇ ਜੇ ਬਦਲ ਜਾਂਦਾ ਹੁੰਦਾ ਤਾਂ ਹੁਣ ਤੱਕ ਦੁਨੀਆ 'ਚੋਂ ਪਾਪ ਮੁੱਕ ਜਾਂਦਾ, ਗੁਨਾਹ ਮੁੱਕ ਜਾਂਦੇ, ਮਾੜੀ ਬਿਰਤੀ ਮੁੱਕ ਜਾਂਦੀ। ਇਵੇਂ ਜਗ੍ਹਾ ਬਦਲਣ ਨਾਲ ਬੰਦਾ ਥੋੜ੍ਹੀ ਬਦਲਦਾ, ਬਿਰਤੀ ਬਦਲਣ ਨਾਲ ਬੰਦਾ ਬਦਲਦਾ। ਬਿਰਤੀ ਜਿੰਨਾ ਚਿਰ ਨਹੀਂ ਬਦਲਦੀ, ਇਨਸਾਨ ਦੇ ਕਰਮ ਵਿੱਚ ਕੋਈ ਫਰਕ ਨਹੀਂ ਪੈ ਸਕਦਾ। ਸੋ ਮਹਾਰਾਜ ਨੇ ਕਿਹਾ ਉਹ ਮਨ ਹਠ ਕਰਦੇ ਨੇ, ਤੀਰਥਾਂ 'ਤੇ ਜਾਂਦੇ ਨੇ, ਫਿਰ ਕੀ ਹੁੰਦਾ? ਦੇਖਾ ਦੇਖੀ ਸਵਾਂਗ ਧਾਰ, ਉਹ ਦੂਜੇ ਵੱਲ ਵੇਖ ਕੇ ਇੱਕ ਰੂਪ ਅਡੋਪਟ ਕਰ ਲੈਂਦੇ ਨੇ, ਦੂਜੇ ਵੱਲ ਵੇਖ ਕੇ
ਆਪਣਾ ਉਹਨਾਂ ਦਾ ਸਫ਼ਰ ਨਹੀਂ ਹੈ, ਉਹ ਆਲੇ ਦੁਆਲੇ ਦੇ ਪ੍ਰਭਾਵ ਹੇਠ ਆ ਕੇ ਵੀ ਇਹ ਇਸ ਤਰ੍ਹਾਂ ਦੇ ਲੋਕ ਨੇ, ਮੈਂ ਵੀ ਇਸ ਤਰ੍ਹਾਂ ਦਾ ਬਣਾਂ, ਧਾਰਮਿਕ ਚਿੰਨ੍ਹ ਧਾਰਨ ਕਰ ਲਏ, ਹੋਰ ਆਪਣੀ ਦੇਹੀ 'ਤੇ ਧਾਰਮਿਕ ਸ਼ਿੰਗਾਰ ਕਰ ਲਿਆ। ਅੰਤਰ ਆਤਮਾ ਬਿਲਕੁਲ ਨਾਲ ਨਹੀਂ ਤੁਰ ਰਿਹਾ, ਬੰਦਾ ਦੋਹਰਾ ਜੀਵਨ ਜੀ ਰਿਹਾ, ਬਾਹਰੋਂ ਹੋਰ ਅਤੇ ਅੰਦਰੋਂ ਹੋਰ। ਕਬੀਰ ਜੀ ਕਹਿੰਦੇ, ਮੈਂ ਹੁਣ ਉਦਾਹਰਨਾਂ ਦਿੱਤੀਆਂ ਨੇ ਅਤੇ ਮੇਰਾ ਨਿਰਣਾ ਇਸ ਪ੍ਰਥਾ ਇਹ ਹੈ ਵੀ ਭੁੱਲੇ ਭਟਕਾ ਖਾਂ, ਇਹ ਭੁੱਲੇ ਹੋਏ ਲੋਕ ਭਟਕਣਾ 'ਚ ਪਏ ਹੋਏ ਨੇ, ਇਹਨਾਂ ਨੂੰ ਸੱਚ ਦੀ ਸਵੈ ਸੋਝੀ ਨਹੀਂ, ਨਾ ਹੀ ਇਹ ਸੱਚ ਦੀ ਸੋਝੀ ਵੱਲ ਤੁਰ ਰਹੇ ਨੇ, ਇਹ ਹੋਰ ਰੁਕਾਵਟ ਦੇ ਸ਼ਿਕਾਰ ਹੋ ਗਏ ਨੇ, ਇਹ ਐਸੀ ਸਥਿਤੀ 'ਚ ਪਹੁੰਚ ਗਏ ਨੇ ਜਿੱਥੇ ਇਹਨਾਂ ਨੂੰ ਆਪਣੇ ਰੁਕੇ ਹੋਣ ਦਾ ਅਤੇ ਆਪਣੀ ਰੁਕਾਵਟ ਦਾ ਵੀ ਗਿਆਨ ਨਹੀਂ ਹੋਣਾ, ਏਡੀ ਵੱਡੀ ਸਮੱਸਿਆ ਹੈ। ਇੱਕ ਵਿਕਾਰੀ ਹੈ, ਵਿਕਾਰ ਭੋਗਦਿਆਂ ਉਹਦੇ ਮਨ 'ਚ ਆਉਂਦਾ ਮੈਂ ਗਲਤ ਟਰੈਕ 'ਤੇ ਹਾਂ, ਪਰ ਇੱਧਰ ਤਾਂ ਭੁਲੇਖਾ ਹੀ ਬੜਾ ਵੱਡਾ ਪਾਲ ਲਿਆ, ਇਹਨਾਂ ਨੂੰ ਭੁਲੇਖੇ 'ਚੋਂ ਕੱਢਣਾ ਕਿਤੇ ਸਹੀ ਲਾ, ਇਹ ਤਾਂ ਮੰਨ ਬੈਠੇ ਨੇ ਵੀ ਅਸੀਂ ਸਹੀ ਹਾਂ, ਇਹਨਾਂ ਨੂੰ ਤੁਸੀਂ ਕਿਵੇਂ ਸਮਝਾਓਗੇ। ਸੋ ਕਰਮ ਕਾਂਡੀ ਨੂੰ ਬਦਲਣਾ ਸਭ ਤੋਂ ਔਖਾ ਵਿਸ਼ਾ ਹੁੰਦਾ ਹੈ, ਵਿਕਾਰੀ ਔਰ ਵਿਸ਼ਈ ਦੇ ਮੁਕਾਬਲੇ ਦੇ ਉੱਤੇ ਕਰਮ ਕਾਂਡੀ ਨੂੰ ਤਬਦੀਲ ਕਰਨਾ ਇਸ ਕਰਕੇ ਔਖਾ ਹੈ ਕਿਉਂਕਿ ਉਹ ਠੀਕ ਹੋਣ ਦੇ, ਧਰਮੀ ਹੋਣ ਦੇ ਪਰਦੇ ਹੇਠ ਲੁਕ ਗਿਆ। ਅਗਲਾ ਬਚਨ ਪੜ੍ਹਦੇ ਹਾਂ, ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੇ ਸਭ ਸੰਸਾਰ, ਸਾਰੀ ਦੁਨੀਆ ਪੱਥਰ ਨੂੰ ਪਰਮੇਸ਼ੁਰ ਮੰਨ ਕੇ ਪੂਜ ਰਹੀ ਹੈ। ਵਿਸ਼ੇ ਵੀ ਤਾਂ ਬਾਹਰ ਮੁਖੀ ਹੋ ਕੇ ਭੋਗੇ ਜਾਂਦੇ ਨੇ, ਬਾਹਰ ਦਾ ਰੂਪ ਰੰਗ ਕਾਰ ਦੁਨੀਆ ਦਾ ਪਦਾਰਥ ਖਿੱਚ ਪਾਉਂਦਾ ਹੈ, ਲੋਭ ਲਾਲਚ ਹਿਰਸ ਜਾਗਦਾ, ਕਿਸੇ ਨੂੰ ਵੇਖ ਕੇ ਈਰਖਾ ਜਾਗਦੀ, ਕਿਸੇ ਨੂੰ ਵੇਖ ਕੇ ਮੋਹ ਜਾਗਦਾ, ਕਿਸੇ ਨਾਲ ਵਿਰੋਧ ਹੈ, ਕਿਸੇ ਦਾ ਪੱਖਪਾਤ, ਬਾਹਰ ਮੁਖੀ ਤਾਂ ਸਮੱਸਿਆਵਾਂ ਸਨ। ਇੱਕ ਬਾਹਰ ਮੁਖੀ ਸਮੱਸਿਆ ਹੋਰ ਖੜੀ ਹੋ ਗਈ ਵੀ ਰੱਬ ਵੀ ਬਾਹਰ ਹੈ, ਅੰਦਰ ਨਹੀਂ ਉਤਰਿਆ ਬੰਦਾ, ਅੰਤਰ ਆਤਮੇ ਨੂੰ ਖੋਜਿਆ ਨਹੀਂ, ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਉਸ ਵੱਸਦੇ ਹੋਏ ਪਰਮੇਸ਼ੁਰ ਵਾਹਿਗੁਰੂ ਨੂੰ ਪਛਾਣਿਆ ਨਹੀਂ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘੱਟ ਮਾਹੀ ਜੀਓ। ਜੋ ਅੰਦਰ ਸੀ ਉਹਦੇ ਨਾਲ ਜੁੜ ਕੇ ਜਾਂ ਉਸ ਨੂੰ ਖੋਜ ਕੇ ਜਾਂ ਉਸ ਨੂੰ ਜਾਣ ਕੇ ਆਪਣੇ ਮੂਲ ਨੂੰ ਪਛਾਣ ਕੇ ਤਾਂ ਬੰਦੇ ਨੇ ਬਾਹਰ ਦੀਆਂ ਸਮੱਸਿਆਵਾਂ ਸੁਲਝਾਉਣੀਆਂ ਸਨ, ਇਹ ਉਹਨੂੰ ਖੋਜਣ ਵੀ ਬਾਹਰ ਤੁਰ ਪਿਆ ਅਤੇ ਹੱਲ ਕੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਇਸ ਪ੍ਰਭਾਸੇ ਜੋ ਰਹੇ ਬੂਡੇ ਕਾਲੀ ਧਾਰ, ਸਮੁੰਦਰ ਦਾ ਜਿੰਨਾ ਤਲ ਗਹਿਰਾ ਹੋਵੇ ਨਾ ਪਾਣੀ ਕਾਲਾ ਜਿਹਾ ਭਾਸਦਾ ਹੈ, ਇਹਦਾ ਮਤਲਬ ਪੂਰੀ ਸਮੁੰਦਰ ਦੀ ਡੂੰਘਾਈ 'ਚ ਡੁੱਬਣਾ ਜਾ ਕੇ ਗਹਿਰੇ ਤਲ 'ਤੇ ਡੁੱਬ ਜਾਣਾ। ਕਬੀਰ ਜੀ ਕਹਿੰਦੇ, ਵੇਖੋ ਜਿਹੜਾ ਇਹ ਸਮਝਦਾ ਭਗਵਾਨ ਬਾਹਰ ਹੈ ਤਾਂ ਮੈਂ ਬਾਹਰੋਂ ਲੱਭ ਲੈਣਾ, ਜਿਹੜਾ ਇਸ ਯਕੀਨ ਦੇ ਉੱਤੇ ਟਿਕਿਆ ਨਾ ਉਹ ਤਾਂ ਬਹੁਤ ਡੂੰਘੇ ਤਲ 'ਤੇ ਡੁੱਬ ਰਿਹਾ, ਉਹਨੂੰ ਕੱਢਣਾ ਬੜਾ ਔਖਾ ਹੈ, ਉਹਦਾ ਬਚਣਾ ਵੀ ਬੜਾ ਸੰਭਵ ਹੈ, ਡਿਫੀਕਲਟ ਹੈ, ਇੰਪੋਸੀਬਲ ਹੈ। ਅਗਲਾ ਸਲੋਕ ਪੜ੍ਹਦੇ ਹਾਂ, ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਟ, ਬਾ ਕਮਾਲ ਬਚਨ ਹੈ। ਕਹਿੰਦੇ ਨੇ, ਤੁਸੀਂ ਜੇਲ੍ਹ ਖਾਨਾ ਵੇਖਿਆ ਹੋਏਗਾ, ਇੱਟਾਂ ਦਾ, ਮਿੱਟੀ ਦਾ, ਪੱਥਰ ਦਾ, ਚੂਨੇ ਦਾ, ਦੀਵਾਰਾਂ ਕੱਢੀਆਂ ਜਾਂਦੀਆਂ ਨੇ, ਮਜ਼ਬੂਤ ਛੱਤ ਪਾਈ ਜਾਂਦੀ ਹੈ, ਲੋਹੇ ਦਾ ਗੇਟ ਲੱਗ ਜਾਂਦਾ ਹੈ, ਉਹਨੂੰ ਉੱਤੇ ਸੰਗਲ ਜਾਂ ਜਿੰਦਰਾ ਮਾਰਿਆ ਜਾਂਦਾ ਹੈ, ਚਾਬੀ ਕੈਦ ਖਾਨੇ ਦਾ ਮਾਲਕ ਆਪਣੀ ਜੇਬ 'ਚ ਰੱਖ ਲੈਂਦਾ, ਬੰਦੇ ਨੂੰ ਅੰਦਰ ਕੈਦ ਕਰ ਦਿੰਦਾ। ਤੁਸੀਂ ਕਾਗਜ਼ਾਂ ਦਾ ਜੇਲ੍ਹ ਖਾਨਾ ਵੇਖਿਆ, ਅੱਖਰਾਂ ਦੇ ਲਿਖੇ ਹੋਏ ਤਖਤੇ,
ਉਹਦੇ ਉੱਤੇ ਵੇਖੇ ਨੇ ਕਪਾਟ ਜੰਗਲਾ ਲੋਹੇ ਦਾ ਜਿਵੇਂ ਜੇਲ੍ਹ ਨੂੰ ਲੱਗਾ ਹੁੰਦਾ ਦਰਵਾਜ਼ਾ, ਅਤੇ ਉਹਦੇ ਉੱਤੇ ਪ੍ਰਚਾਰ ਦਾ ਜਿੰਦਰਾ ਵੱਜਾ ਵੇਖਿਆ। ਕਬੀਰ ਜੀ ਕਹਿ ਰਹੇ ਨੇ ਹੁੰਦਾ ਹੈ, ਕਬੀਰ ਕਾਗਜ਼ ਕੀ ਓਬਰੀ, ਕਾਗਜ਼ਾਂ ਦਾ ਜੇਲ੍ਹਖਾਨਾ ਬਣਾਇਆ, ਮਸ ਕੇ ਕਰਮ ਕਪਾਟ, ਸਿਆਹੀ ਦੇ ਨਾਲ ਉਹਨਾਂ ਕਾਗਜ਼ਾਂ ਦੇ ਉੱਤੇ ਜਿਹੜੇ ਕਰਮ ਕਾਂਡ ਲਿਖੇ ਹੋਏ ਨੇ ਨਾ, ਉਸ ਜੇਲ੍ਹਖਾਨੇ ਨੂੰ ਲੱਗੇ ਹੋਏ ਦਰਵਾਜ਼ੇ ਨੇ ਲੋਹੇ ਦੇ, ਮਜ਼ਬੂਤ ਦਰਵਾਜ਼ੇ, ਇਹਦੇ 'ਚ ਬੰਦੇ ਦੀ ਸੁਰਤ ਕੈਦ ਕਰ ਦਿੱਤੀ ਗਈ ਹੈ। ਜਾਨੀ ਪੁਜਾਰੀਆਂ ਨੇ ਸਿਮਰਤੀਆਂ ਦੇ ਨਾਂ ਦੇ ਉੱਤੇ ਗ੍ਰੰਥ ਲਿਖੇ, ਕਾਗਜ਼ਾਂ ਦੇ ਉੱਤੇ ਉਹਨਾਂ ਨੇ ਸਿਆਹੀ ਦੇ ਨਾਲ ਹਰਫ ਪਾਏ, ਕਰਮ ਕਾਂਡਾਂ ਦੇ ਪੱਖ ਵਿੱਚ ਉਹਨਾਂ ਨੇ ਲਿਖਤਾਂ ਲਿਖੀਆਂ ਅਤੇ ਲੋਕਾਂ ਨੂੰ ਕਿਹਾ ਇਹ ਰੱਬ ਦੀ ਗੱਲ ਹੈ, ਇਹਨੂੰ ਮੰਨੋ। ਦੁਨੀਆ ਖੁਆਰ ਅਤੇ ਖੱਜਲ ਹੋ ਰਹੀ ਹੈ ਸਦਾ ਤੋਂ, ਉਹਨਾਂ ਸਿਮਰਤੀਆਂ ਦੇ ਪਠਨ ਪਾਠ ਨੂੰ ਲੈ ਕੇ ਅਤੇ ਉਹਨਾਂ ਦੇ ਬਚਨ ਮੰਨ ਮੰਨ ਕੇ, ਕਿਉਂਕਿ ਉਹਨਾਂ ਸਿਮਰਤੀਆਂ 'ਚ ਹੀ ਲਿਖਿਆ ਭਗਵਾਨ ਨੇ ਬ੍ਰਾਹਮਣਾਂ ਨੂੰ ਮੁੱਖ ਤੋਂ ਪੈਦਾ ਕੀਤਾ ਹੈ, ਖੱਤਰੀਆਂ ਨੂੰ ਬਾਹਾਂ ਤੋਂ, ਵੈਸ਼ਾਂ ਨੂੰ ਪੱਟਾਂ ਤੋਂ, ਸ਼ੂਦਰਾਂ ਨੂੰ ਪੈਰਾਂ ਤੋਂ। ਲਓ ਜੀ, ਇੱਕ ਬਚਨ ਲਿਖ ਦਿੱਤਾ ਗਿਆ, ਕਾਗਜ਼ ਦੇ ਉੱਤੇ ਹਰਫ ਪਾ ਦਿੱਤੇ ਗਏ ਨੇ ਸਿਆਹੀ ਦੇ ਨਾਲ, ਪੁਜਾਰੀ ਸਦੀਆਂ ਤੋਂ ਉਹਨੂੰ ਧਰਮ ਅਸਥਾਨ 'ਤੇ ਪ੍ਰਚਾਰ ਰਿਹਾ, ਅੱਜ ਤੱਕ ਦੁਨੀਆ ਇੱਕ ਸੁਰ ਨਹੀਂ ਹੋ ਸਕੀ, ਰੱਬ ਦੇ ਨਾਂ 'ਤੇ ਹੀ ਭੇਦਭਾਵ ਦੀ ਸ਼ਿਕਾਰ ਹੋ ਗਈ। ਇੱਕ ਹਰਫ ਪਾ ਦਿੱਤਾ ਵੀ ਰੱਬ ਬਾਹਰ ਹੈ, ਆਹ ਪੱਥਰ ਨੂੰ ਇਵੇਂ ਇਸ ਢੰਗ ਨਾਲ ਪੂਜੋਗੇ, ਇਸ ਦੇਵਤੇ ਦੀ ਇਸ ਦਿਨ ਪੂਜਾ ਕਰੋਗੇ, ਆਹ ਮਿਲੇਗਾ, ਆਹ ਮਿਲੇਗਾ, ਆਹ ਮਿਲੇਗਾ। ਸਦੀਆਂ ਹੋ ਗਈਆਂ ਨੇ ਲੋਕ ਲਾਲਚ ਦੀ ਅੱਗ 'ਚ ਸੜ ਰਹੇ ਨੇ ਵੀ ਆਹ ਮਿਲ ਜਾਏ, ਉਹ ਮਿਲ ਜਾਏ, ਖੁਆਰ ਹੋ ਰਹੇ ਨੇ, ਲਾਲਚ ਦੇ ਬੱਝੇ ਹੋਏ ਭਗਵਾਨ ਪੂਜ ਰਹੇ ਨੇ, ਹਵਸ ਨਹੀਂ ਮਿਟ ਰਹੀ, ਲੋਭ ਤ੍ਰਿਸ਼ਨਾ 'ਤੇ ਕਾਬੂ ਨਹੀਂ ਪੈ ਰਿਹਾ, ਉਹ ਅੰਦਰ ਹੋਰ ਉਹਨੂੰ ਹਵਾ ਮਿਲ ਗਈ। ਹਰਫ ਪਾ ਦਿੱਤੇ ਗਏ, ਫਲਾਂ ਤੀਰਥ 'ਤੇ ਇਸ ਦਿਨ ਜਾਓਗੇ, ਫਲਾਂ ਦਿਨ ਆਹ ਵਰਤ ਰੱਖੋਗੇ, ਆਹ ਮਿਲੇਗਾ। ਉਲਝੀ ਅਤੇ ਖਪੀ ਹੋਈ ਹੈ ਦੁਨੀਆ, ਕੈਦ ਨਹੀਂ ਬੰਦਾ। ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਆਈ, ਸੰਗਲ ਦੀਆਂ ਜੇਵਰੀਆਂ ਬੰਦਸ਼ਾਂ ਲੈ ਕੇ ਆਈ, ਆਪਨ ਨਗਰ ਆਪ 'ਤੇ ਬਾਂਧਿਆ, ਮੋਹ ਕੈ ਫਾਦ ਕਾਲਸਰ ਸਾਂਧਿਆ, ਕੱਟੀ ਨਾ ਕੱਟੈ ਤੂਟ ਨਾ ਜਾਈ, ਸਾ ਸਾਂਪਨ ਹੋਏ ਜਾਗੋ ਖਾਈ। ਇਹ ਵੀ ਭਗਤ ਜੀ ਮਹਾਰਾਜ ਦੇ ਬੋਲ ਨੇ, ਔਰ ਕਾਂਸ਼ੀ 'ਚ ਬਹਿ ਕੇ ਕਹੇ, ਕਿੱਡੀ ਦਲੇਰੀ ਦੀ ਖੇਡ ਹੈ। ਮੈਂ ਇਹ ਵੀ ਬਿਨੈ ਕਰਾਂ, ਜਿਹੜਾ ਗੁਰੂ ਦੀ ਬਾਣੀ ਦੇ ਨਾਂ 'ਤੇ ਵੀ ਇਸ ਤਰ੍ਹਾਂ ਕਰਦਾ ਹੈ, ਜਾਂ ਇਹਦੀਆਂ ਕਹਾਣੀਆਂ ਗੁਰੂਆਂ ਦੇ ਨਾਂ 'ਤੇ ਕੱਢਦਾ, ਉਹ ਵੀ ਉਹਨਾਂ ਪੁਜਾਰੀਆਂ ਦਾ ਹੀ ਵਾਰਸ ਹੈ, ਉਹ ਸਿਮਰਤੀਆਂ ਦਾ ਪੈਰੋਕਾਰ ਹੈ, ਨਾ ਬਾਣੀ ਦਾ ਵਰਤਦਾ, ਗੁਰੂਆਂ ਦਾ ਵਰਤਦਾ। ਬੁੱਧਵਾਰ ਆਹ ਪੜ੍ਹ ਲਿਓ, ਵੀਰਵਾਰ ਆਹ ਪੜ੍ਹ ਲਿਓ, ਇਸ ਦਿਨ ਆਹ ਪੜ੍ਹਨ ਦਾ ਫਾਇਦਾ ਹੁੰਦਾ, ਕਿਉਂ ਬਈ? ਜਿਹੜਾ ਤੂੰ ਵੀਰਵਾਰ ਕਹਿੰਦਾ, ਜੋ ਐਤਵਾਰ ਪੜ੍ਹਿਆ ਜਾਏ ਤਾਂ ਕੀ ਨੁਕਸਾਨ ਕਰਦਾ ਹੈ? ਆਪਾਂ ਇਹ ਕਹਿੰਦੇ ਨਾ, ਸਾਡੇ 'ਚ ਵੀ ਵਹਿਮ ਹੈ, ਵੀਰਵਾਰ ਸਿਰ ਨਹਾ ਲਿਆ ਤਾਂ ਇਹ ਹੋ ਜਾਣਾ, ਸ਼ਨਿਚਰਵਾਰ ਆਹ ਸ਼ਬਦ ਪੜ੍ਹ ਲਿਆ ਤਾਂ ਭਲਾ ਹੋਏਗਾ, ਐਤਵਾਰ ਆਹ ਪਾਠ ਕਰ ਲਿਆ ਤਾਂ ਭਲਾ ਹੋਣਾ, ਜੇ ਉਹ ਸੋਮਵਾਰ ਹੋ ਜਾਏਗਾ ਪਾਠ ਜਾਂ ਸ਼ਨੀਵਾਰ ਤਾਂ ਗੁਨਾਹ ਕੀ ਹੈ, ਦੱਸੋ ਤਾਂ ਸਹੀ। ਕੋਈ ਕਹੇ ਵੀ ਜਿਨ੍ਹਾਂ ਦੇ ਨਾਲ ਤੁਸੀਂ ਕਹਾਣੀਆਂ ਜੋੜਦੇ ਹੋ, ਇਹ ਸ਼ਬਦ ਇਸ ਦਿਨ ਹੀ ਉਚਾਰਿਆ ਗਿਆ, ਤੁਹਾਡੇ ਕੋਲ ਪ੍ਰਮਾਣ ਕੀ ਹੈ ਇਸ ਗੱਲ ਦਾ? ਅਜੀਬ ਕਿਸਮ ਦਾ ਪਣਤਾਊਪਣ ਹੈ।
ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੱਥਾ ਟੇਕ ਕੇ ਵੀ ਸੁਧਰ ਨਹੀਂ ਰਹੇ ਖਿਮਾ ਕਰਨਾ, ਬਾਣੀ ਨੂੰ ਪੜ੍ਹ ਕੇ ਵੀ ਅਸੀਂ ਵਹਿਮੀ ਹੋਈ ਜਾ ਰਹੇ ਹਾਂ। ਇਸ ਕਾਰਨ ਕਿਉਂਕਿ ਅਸੀਂ ਬਾਣੀ ਨੂੰ ਵਿਚਾਰਦੇ ਨਹੀਂ, ਅਸੀਂ ਬੰਦਿਆਂ ਦੀ ਵੱਧ ਸੁਣਦੇ ਹਾਂ, ਗੁਰੂ ਦੀ ਘੱਟ ਸੁਣਦੇ ਹਾਂ। ਫਲਾਨੀ ਕਿਤਾਬ 'ਚ ਸਾਖੀ ਲਿਖੀ ਹੈ, ਭਾਵੇਂ ਉਹ ਸਾਖੀ ਗੁਰੂ ਸਾਹਿਬ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦੀ, ਪਰ ਸੱਚੀ ਹੈ। ਕਿਉਂ ਸੱਚੀ ਹੈ ਬਈ? ਗੁਰੂ ਦੀ ਬਾਣੀ 'ਤੇ ਯਕੀਨ ਕਰਨ ਦੀ ਬਜਾਏ ਤੂੰ ਇੱਕ ਲਿਖਾਰੀ ਦੀ ਗੱਲ 'ਤੇ ਯਕੀਨ ਕਿਉਂ ਕਰਦਾ ਹੈ? ਗੁਰੂ ਜੀ ਦਾ ਕਰੈਕਟਰ ਤੈਨੂੰ ਬਾਣੀ 'ਚੋਂ ਵੇਖਣ ਨੂੰ ਮਿਲੇਗਾ ਜਾਂ ਕਿਸੇ ਲਿਖਾਰੀ ਦੀ ਲਿਖ 'ਚੋਂ ਮਿਲੇਗਾ? ਇਹ ਸਮੱਸਿਆਵਾਂ ਨੇ ਸਾਡੇ 'ਚ। ਫਲਾਂ ਪ੍ਰਚਾਰਕ ਨੇ ਕਹਿ ਦਿੱਤੀ ਹੈ ਤਾਂ ਸੱਚੀ ਹੈ, ਫਲਾਨੇ ਵਿਦਵਾਨ ਨੇ ਕਹੀ ਤਾਂ ਸੱਚੀ ਹੈ, ਫਲਾਨੇ ਬਾਬੇ ਨੇ ਕਹੀ ਤਾਂ ਸੱਚੀ ਹੈ। ਇਵੇਂ ਅਸੀਂ ਵੰਡੇ ਗਏ, ਬੰਦਿਆਂ ਦੇ ਪੱਲੇ ਫੜ ਕੇ ਬੈਠੇ ਹੋਏ ਹਾਂ। ਕਰਮ ਕਾਂਡਾਂ ਦਾ ਸਾਡੇ ਅੰਦਰ ਕੋਈ ਘਾਟਾ ਨਹੀਂ, ਰੱਜ ਕੇ ਅਸੀਂ ਕਾਂਸ਼ੀ ਵਾਲਿਆਂ ਨਾਲੋਂ ਵੀ ਕਿਤੇ ਚਾਰ ਰਤੀਆਂ ਵੱਧ ਹੀ ਸਾਬਤ ਹੋ ਰਹੇ, ਘੱਟ ਨਹੀਂ ਰਹੇ। ਫਿਰ ਵੀ ਅਸੀਂ ਨਿਆਰੀ ਕੌਮ ਕਹਿਣ ਨੂੰ। ਤੋ ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਕਬੀਰ ਜੀ ਨੇ ਇਕੱਲਾ ਸਿਮਰਤੀਆਂ ਬਾਰੇ ਨਹੀਂ ਕਿਹਾ, ਉਹਨਾਂ ਸਾਨੂੰ ਸੁਚੇਤ ਕੀਤਾ ਹੈ ਵੀ ਜੇਲਖਾਨੇ ਕਾਗਜ਼ਾਂ ਦੇ ਵੀ ਹੁੰਦੇ ਨੇ। ਕਰਮ ਕਾਂਡ ਹਮੇਸ਼ਾ ਹੀ ਤੁਹਾਨੂੰ ਕੈਦ 'ਚ ਰੱਖਦਾ, ਕਰਮ ਕਾਂਡ ਤੋਂ ਮੁਕਤ ਹੋਏ ਬਿਨਾਂ ਸੱਚ ਪਾਇਆ ਨਹੀਂ ਜਾ ਸਕਦਾ। ਕਰਮ ਕਾਂਡ ਭਾਵੇਂ ਸ਼ਰ੍ਹਾਂ ਦੇ ਨਾਂ 'ਤੇ ਹੋਵੇ, ਭਾਵੇਂ ਸ਼ਾਸਤਰ ਦੇ ਸਿਮਰਤੀ ਦੇ ਨਾਂ 'ਤੇ ਹੋਵੇ ਅਤੇ ਭਾਵੇਂ ਮਰਿਆਦਾ ਦੇ ਨਾਂ 'ਤੇ ਹੋਵੇ, ਕਰਮ ਕਾਂਡ ਕਰਮ ਕਾਂਡ ਹੀ ਹੁੰਦਾ ਹੈ। ਚੋਰ ਇੰਡੀਆ 'ਚ ਚੋਰੀ ਕਰੇ ਤਾਂ ਵੀ ਚੋਰ ਹੀ ਹੈ, ਅਮਰੀਕਾ 'ਚ ਕਰੇ ਤਾਂ ਵੀ ਚੋਰ ਹੀ ਹੈ। ਕਰਮ ਕਾਂਡ ਭਾਵੇਂ ਹਿੰਦੂ ਹੋ ਕੇ ਕਰੋ, ਚਾਹੇ ਸਿੱਖ ਹੋ ਕੇ ਕਰੋ, ਚਾਹੇ ਮੁਸਲਮਾਨ ਹੋ ਕੇ ਕਰੋ, ਸਹੀ ਨਹੀਂ ਹੋ ਜਾਂਦਾ, ਉਹ ਗਲਤ ਹੀ ਰਹਿੰਦਾ। ਇਸ ਗੱਲ ਨੂੰ ਸਮਝ ਲਈਏ। ਸੁਰਤ ਮਨ ਅਤੇ ਆਤਮਾ ਨੂੰ ਬਦਲਣ ਦਾ ਜਿਹੜਾ ਮਾਰਗ ਹਜ਼ੂਰ ਨੇ ਦਰਸਾਇਆ, ਉਹਦੇ ਵਿੱਚ ਹਜ਼ੂਰ ਫਿਰ ਕਹਿੰਦੇ ਨੇ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ਪੱਥਰ ਨੇ ਦੁਨੀਆ ਨੂੰ ਡੋਬ ਛੱਡਿਆ, ਲੋਕ ਮੂਰਤੀ ਪੂਜਾ ਵਿੱਚ ਗਲਤਾਨ ਨੇ, ਸੱਚ ਨੂੰ ਪਛਾਣਨ ਤੋਂ ਖੁੰਝ ਰਹੇ। ਪੰਡਿਤ ਨੇ ਜਾਤਾਂ ਬਰਾਦਰੀਆਂ ਦੇ ਭੇਦਭਾਵ ਪੈਦਾ ਕਰਕੇ ਔਰ ਡਰਾ ਕੇ ਸਵਰਗਾਂ ਦੇ ਲਾਲਚ, ਨਰਕਾਂ ਦੇ ਡਰ, ਪਾਪਾਂ ਤੋਂ ਮੁਕਤੀ, ਇਹੋ ਜਿਹੇ ਖੇਖਣਬਾਜ਼ੀਆਂ ਕਰਕੇ ਉਹਨੇ ਦੁਨੀਆ ਨੂੰ ਸਦੀਆਂ ਤੋਂ ਲੁੱਟਿਆ। ਦਿਨ ਚੰਗੇ ਨੇ ਮਾੜੇ ਨੇ, ਦਿਸ਼ਾ ਚੰਗੀ ਮਾੜੀ ਹੈ, ਕਿੰਨੇ ਹੀ ਵਹਿਮ, ਕਿੰਨੇ ਹੀ ਭਰਮ, ਕਿੰਨਾ ਕੁਝ ਬੰਦਾ ਬੋਝ ਆਪਣੇ ਸਿਰ 'ਤੇ ਚੁੱਕ ਕੇ ਇਸ ਨਿੱਕੀ ਜਿਹੀ ਜ਼ਿੰਦਗੀ ਨੂੰ ਇਸ ਭਾਰ ਦੇ ਹੇਠ ਕੱਟੀ ਤੁਰਿਆ ਜਾ ਰਿਹਾ। ਜੀਵਨ ਨੂੰ ਸਜ਼ਾ ਬਣਾ ਲਿਆ ਅਸੀਂ, ਜੀਵਨ ਨੂੰ ਅਸੀਂ ਸਜ਼ਾ ਬਣਾ ਲਿਆ। ਨਿੱਕੇ ਨਿੱਕੇ ਵਹਿਮ, ਭਰਮ, ਅੰਧ ਵਿਸ਼ਵਾਸ, ਕਰਮ ਕਾਂਡ, ਇੰਨਾ ਕੁਝ ਅਸੀਂ ਢੋ ਰਹੇ ਹਾਂ। ਇਹਨਾਂ ਤਿੰਨਾਂ ਸਲੋਕਾਂ 'ਚ ਕਬੀਰ ਜੀ ਮਹਾਰਾਜ ਨੇ ਸਾਨੂੰ ਇਹਨਾਂ ਕਰਮਕਾਂਡੀ ਰੁਕਾਵਟਾਂ ਦਾ ਜ਼ਿਕਰ ਕਰਕੇ ਸੁਚੇਤ ਕੀਤਾ ਹੈ। ਸਾਹਿਬ ਕਿਰਪਾ ਕਰਨ, ਸਾਡੇ ਮਨ ਆਤਮਾ ਵਿੱਚ ਭਗਤ ਜੀ ਮਹਾਰਾਜ ਦਾ ਇਹ ਸੁਨੇਹਾ ਘਰ ਘਰ ਜਾਏ, ਭੁੱਲ ਚੁੱਕ ਦੀ ਖਿਮਾ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।